जो बोले सो दरबार भगवान बाबी महाराज की जय। श्री श्री 108 सतगुरु गुरु ज्ञाननाथ महाराज की जय। सात मंडीर राम महाराज की जय। सगुरु मेरी साथ संगत जी हो, सगुरु मेरी साथ संगत जी हो। अजर अमृत कालदर्शी भगवान बाबी महाराज जी ने प्रकट दृष्टिया समूह संगत सू लख लख बधाई है भाई साढ़े जथे वालों धनवादियाँ महापुरशों के जिन्होंने इस विजय दिवस निमाणिया माण बख्शिया हर साल की तरह हाजरी भरते हैं। सो गुरु के साथ साथ जी बड़े भागे हो जो महाराज की हजूरी में बैठे हो। अजर अमृत कालदर्शी भगवान बाल्मीकि महाराज जी ने इस विजय दिवस सब हाजरियाँ भर रहे हो महापुरश संत मनकीर नाथ महाराज जी गद्दी ते विराजमान हैं। सो गुरु तेज साहिब संगत जी हो आत्मैन की बाणी फरमाती है सतगुरु जी दे सतगुरु हरे हरे हले 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 सतगुरु हले 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 जो बोले सो दरबार भगवान वाल्मीकि महाराज की जय। हले 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 सतगुरु जी। सो आओ उस मार्ग के नाते हाजरी भरनी है। मार्ग सब दिया हाजरियां दर दरबार कर दूर दराडे तो आईया संगतां जे चरणा की बेनती है भाई कितना समा मिलया है उठ के हाजरी भरनी है। मार्ग सब दिया हाजरियां दर परवान कर परिवारों चढ़ती कला ते हरमदान की फतेह बख्शिश कर। अजर अमृत रे कालदर्शी भगवान वाल्मीकि महाराज जी। सो गुरु के साथ संगत जी हो हले सतगुरु जी हले। आओ सब तो पहला मार्ग के चरणों से बंधना उस उपरंत शासन की रमता हो जाएगी। जो बोले सुंदर पै भगवान वाल्मीकि महाराज हले सतगुरु thank you.
Thank you.
ਰਾਮਚੰਦਰ ਜੀ ਦੇ ਅਵਤਾਰ ਘਰ ਤੋਂ ਪਹਿਲਾਂ 10,000 ਵਰਸਾਂ ਦੇਖਿਆ ਜਾ ਸਕਦਾ ਕਿ ਤ੍ਰੇਤੇ ਯੁੱਗ ਵਿੱਚ ਸ੍ਰੀ ਰਾਮਚੰਦਰ ਜੀ ਅਵਤਾਰ ਹੁਣ ਕਿਤੇ ਰਮਾਇਣ ਦੀ ਲਿਖਤ ਨਾਲ ਸਾਰੇ ਕਾਵ ਦੇ ਆਖ ਜਾਂਦੇ ਸਰੂਪ ਮੇਰੀ ਸਾਹ ਸਕਦੇ ਹੋ ਤਾਂ ਸਿੱਖ ਇਤਿਹਾਸ ਸਿੱਖ ਇਤਿਹਾਸ ਤੋਂ ਵਾਲਮੀਕ ਮਹਾਰਾਜ ਦੇ ਵਿਸ਼ੇਸ਼ ਲਹੂ ਦਾ ਕਠਿਤ ਜ਼ਰਾ ਚੱਲਦਾ ਲਹੂ ਦਾ ਕਠਿਤ ਲਹੂ ਤੋਂ ਲਹੌਰ ਪ੍ਰਸ਼ੁੱਧ ਪ੍ਰਸੂ ਸਰੂਪ ਮੇਰੀ ਸਾਹ ਸਕਦੇ ਹੋ ਕਿਉਂਕਿ ਭਗਵਾਨ ਵਾਲਮੀਕ ਮਹਾਰਾਜ ਨੇ ਸਾਰੇ ਧਰਮਾਂ ਨੂੰ ਗਿਆਨ ਦਿੱਤਾ ਹੈ ਆਪ ਗੁਰ ਕਵਨਾਸ਼ੀ ਦਾ ਘਰ ਸੇ ਗੁਰੂ ਵਾਲਮੀਕ ਮਹਾਰਾਜ ਸਰੂਪ ਮੇਰੀ ਸਾਹ ਸਕਦੇ ਹੋ ਕਿਉਂਕਿ ਸਹਿਬ ਸਿੰਘ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਪਚੱਤਰ ਨਾਮਕ ਪੜ੍ਹ ਕੇ ਦੇਖ ਲਓ ਲਹੂ ਤੋਂ ਲਾਹੌਰ ਕਸ਼ੂਰ ਕਸੂਰ ਸੋਢੀਆਂ ਅਤੇ ਬੇਦੀਆਂ ਦੀਆਂ ਬਰਸਾਂ ਭਗਵਾਨ ਵਾਲਮੀਕ ਮਹਾਰਾਜ ਦੇ ਸ਼ੇਸ਼ ਲਹੂ ਅਤੇ ਕਸ਼ੂਰ ਪੁਰਾਣ ਚੱਲਦੇ ਗੁਰੂ ਦੇ ਸਾਹਿਬ ਸੰਤ ਜੀ ਕਿਆ ਸੰਤ ਮਹਾਂਪੁਰਸ਼ ਸੰਤ ਬਾਬਾ ਬੂਟਾ ਦਾਸ ਜੀ ਭਰਮ ਤੋਂ ਚੁੱਕੀ ਵਾਲੇ ਇਹਨਾਂ ਨੇ ਸ੍ਰੀ ਸ੍ਰੀ 108 ਸਤਿਗੁਰੂ ਗੁਰੂ ਗਿਆਨਨਾਥ ਮਹਾਰਾਜ ਜੀ ਨਾਲ 11 ਸਾਲ ਪ੍ਰਚਾਰ ਕੀਤਾ ਮੁੱਖ ਪ੍ਰਚਾਰ ਸੰਤ ਬਾਬਾ ਬੂਟਾ ਦਾਸ ਜੀ ਭਰਮ ਤੋਂ ਚੁੱਕੀ ਵਾਲੇ ਆਪਣੀ ਕਾਰਨਾਮੇ ਕੀ ਲਿਖਦੇ ਹਨ ਨਾਮ ਦੀ ਦਾਤ ਦੇ ਕੇ ਤਾਂ ਹੋਏ ਹੁੰਦੇ ਹਨ ਠੰਡਕ ਠਾਰ ਕਰ
Thank you.
ਘਰੇ ਸੌਂਦੇ ਆ ਗੁਰੂ ਤੇਰੇ ਸਾਥ ਸੌਂਦੇ ਪਰ ਗੁਰੂ ਦੇ ਘਰ ਆ ਕੇ ਨਹੀਂ ਸੌਂਦੇ ਗੁਰੂ ਦੇ ਘਰ ਆ ਕੇ ਭਾਈ ਜਿਹੜੇ ਸੌਂ ਜਾਂਦੇ ਆ ਉਹਦੇ ਭਾਗ ਸੌ ਜਾਂਦੇ ਹਨ ਗੁਰੂ ਦੇ ਘਰ ਆ ਕੇ ਭਾਈ ਜਿਹੜੇ ਕਈ ਦਿਨਾਂ ਨੀਂਦ ਨਾ ਪ੍ਰੇਤਾਂ ਪਾ ਲੈਂਦੇ ਹਨ ਗੁਰੂ ਤੇ ਸਾਥ ਸੰਗਤ ਜੀ ਉਹਨਾਂ ਦੇ ਭਾਗ ਸੌ ਜਾਂਦੇ ਆ ਕੁਝ ਲਾਹਾ ਪ੍ਰਾਪਤ ਕਰਨਾ ਪਾਲੂ ਕੀ ਰੋਕਿਆ ਪੈਰੀ ਕੀ ਪਾਲੂ ਗੁਰਵਾਲ ਮੀਲੇ
ਆਪਾਂ ਬੁੱਧ ਬੈਠੇ ਹਾਂ ਜਦੋਂ ਕਿਤੇ ਵਿਆਹ ਸ਼ਾਦੀ ਸਾਡੀਆਂ ਬੀਬੀਆਂ ਬੋਲੀਆਂ ਪਾਉਂਦੀਆਂ ਬੜੀ ਉੱਚੀ ਉੱਚੀ ਬਾਂਹ ਕੱਢ ਕੇ ਬੋਲੀਆਂ ਪਾਉਂਦੀਆਂ ਭਾਈ ਜਦੋਂ ਗੁਰਦੇ ਕਾਲੇ ਦੀ ਗੱਲ ਆ ਜਾਂਦੀ ਹੈ ਫਿਰ ਸਾਡੀ ਜਵਾਬ ਰੁਕ ਜਾਂਦੀ ਹੈ ਰੁਕ ਜਾਂਦੀ ਹੈ ਜਵਾਬ ਭਾਈ ਰੁਕਣੀ ਨਹੀਂ ਚਾਹੀਦੀ ਹੈ ਕਿਉਂਕਿ ਅਜਰ ਅਮਰ ਰਿਹਾ ਕਾਲਦਾਰ ਸੀ ਭਗਵਾਨ ਵਾਲਮੀਕ ਮਹਾਰਾਜ ਦੀ ਸ੍ਰਿਸ਼ਟੀ ਦੇ ਦੇਵਤਾ ਜਿਹਨਾਂ ਦੇ ਸਭ ਨੂੰ ਆਪਦਾ ਸਮਝ ਬੈਠੇ ਉਹ ਸੰਤ ਮਹਾਂਪੁਰਸ਼ ਬੈਠੇ ਹਨ ਸੋ ਗੁਰੂ ਭਾਈ ਦਾਸ ਸਤਿਗੁਰੂ ਜੀ ਭਾਅ ਰੁਕਣੀ ਨਹੀਂ ਚਾਹੀਦੀ ਕਿਉਂਕਿ ਜਿੱਥੇ ਤਾਂ ਕਹਿੰਦੇ ਕਿੱਥੇ ਬੋਲੀਆਂ ਜਿੱਥੇ ਤਾਂ ਪੈਂਦੇ 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 ਕਿੱਥੇ ਬੋਲੀਆਂ ਵਾਲਮੀਕ ਮੰਡਲੀ ਕੌਮ ਸਿੱਖ ਦਾ ਪ੍ਰਚਾਰ
ਮਹਾਨ ਵਿਦਵਾਨ ਗਿਆਨੀ ਸੰਤ ਬੁੱਢਾ ਦਾਸ ਜੀ ਭਰਮ ਤੋਂ ਲੋਕੀ ਵਾਲੇ ਜਿਨ੍ਹਾਂ ਦੇ ਬੇਅੰਤ ਇਤਿਹਾਸ ਦਾ ਆਸਾ ਲੈ ਕੇ ਗੁਰੂ ਵਾਲਮੀਕ ਮਹਾਰਾਜ ਦਾ ਪ੍ਰਗਟ ਹੋਣ ਦਾ ਇਤਿਹਾਸ ਦਿੱਤਿਆ। ਗਿਆਨ ਦੀਪ ਪ੍ਰਕਾਸ਼ ਵਿੱਚੋਂ ਦੇਖੋ ਪੜ ਹਵਾਲ ਲੇਖਕ ਇਸ ਗ੍ਰੰਥ ਦੇ ਮਹਾਨ ਮਸ਼ਹੂਰੀ ਲਾਲ ਆਸ਼ਾ ਇਸ ਦਾ ਲੈ ਕੇ ਦਸ ਦੇ ਕੀਤੀ ਕਵਿਤਾ ਤਿਆਰ ਗੁਰੂ ਵਾਲਮੀਕ ਭਗਵਾਨ ਜੀ ਦਾ ਲਿਖ ਦਿੱਤਾ ਇਤਿਹਾਸ ਪੜ੍ਹੇ ਗ੍ਰੰਥ ਅਨੇਕ ਦਾਸ ਨੇ ਬੜੇ ਗ੍ਰੰਥ ਅਨੇਕ ਦਾਸ ਨੇ ਕੀਤੀ ਬਹੁ ਪ੍ਰਚੋਲ ਦੇਖ ਲਕਾਰੀ ਕ੍ਰੋਧ ਪਟਣ ਦੀ ਢਿੱਡੋਂ ਉੱਠਿਆ ਹੋਲ। ਗੁਰੂ ਵਾਲਮੀਕ ਭਗਵਾਨ ਜੀ ਆਦਿ ਪੁਰਖ ਸ਼੍ਰੋਮਣੀ ਗੁਰੂ ਵਾਲਮੀਕ ਭਗਵਾਨ ਕਿਸ਼ਨ ਦਾਸ ਗੁਰਦੇਵ ਜੀ ਰੱਖ ਮਾਰੀ ਮਾਰ ਮਹਾਰਾਮਾਇਣ ਮਹਾਰਾਮਾਇਣ ਨਿਰਵਾਣ ਪ੍ਰਕਰਣੇ ਸਫਾ 713 ਮੈਂ ਲਿਖਿਆ ਹੈ। ਇੱਕ ਵਾਰੀ ਸ਼੍ਰੀ ਰਾਮਚੰਦਰ ਜੀ ਨੇ ਸ਼੍ਰੀ ਵਸ਼ਿਸ਼ਠ ਜੀ ਨੂੰ ਪੁੱਛਿਆ ਕਿ ਮਹਾਰਿਸ਼ੀ ਵਾਲਮੀਕ ਮਹਾਰਾਜ ਜੀ ਬਾਰੇ ਕਿ ਆਪ ਜੀ ਨੇ ਉਹਨਾਂ ਵੱਲ ਕਦੋਂ ਗੁਰੂ ਧਾਰਨਾ ਕੀਤੀ ਸੀ। ਗੁਰੂ ਤੇਗ ਸਾਹਿਬ ਜੀ ਵਸ਼ਿਸ਼ਠ ਜੀ ਨੇ ਆਖਿਆ ਕਿ ਇੱਕ ਵਾਰੀ ਮੈਂ ਕਾਤ ਬਸੁੰਦ ਦੇ ਪਾਸ ਗਿਆ ਸੀ। ਮੈਂ ਆਦਰ ਭਾਵ ਕਰਕੇ ਉਹਨਾਂ ਨੂੰ ਪੁੱਛਿਆ ਸੀ ਕਿ ਆਪ ਜੀ ਨੇ ਮਹਾਰਿਸ਼ੀ ਵਾਲਮੀਕ ਮਹਾਰਾਜ ਜੀ ਨਾਲ ਕਦ ਗੁਰੂ ਧਾਰਨਾ ਕੀਤੀ। ਉਹਨਾਂ ਨੇ ਆਖਿਆ ਕਿ ਮੈਂ ਉਹਨਾਂ ਦਾ ਦਰਸ਼ਨ ਸਤਜੁਗ ਵਿੱਚ ਕੀਤਾ ਸੀ। ਉਦੋਂ ਸਤਜੁਗ ਆਦਿਆ 200 ਸਾਲ ਬਤੀਤ ਹੋਇਆ ਸੀ। ਗੁਰੂ ਤੇਗ ਸਾਹਿਬ ਜੀ ਉਹ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸ਼ਬਦਾਂ ਦਾ ਪ੍ਰਮਾਣ ਦੇ ਕੇ ਭਗਵਾਨ ਵਾਲਮੀਕ ਮਹਾਰਾਜ ਜੀ ਦੇ ਪ੍ਰਗਟ ਹੋਣ ਬਾਰੇ ਦੱਸਿਆ ਜਾਵੇਗਾ ਕਿ ਕਮੀ ਜੋ ਇਸ ਤਰ੍ਹਾਂ ਪ੍ਰਗਟ ਹੋਈ। ਗੁਰੂ ਤੇਗ ਸਾਹਿਬ ਜੀ ਉਹ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਮਾਰੂ ਰਾਗ ਦੀ ਬਾਣੀ 'ਚ ਫਰਮਾਉਂਦੇ ਹਨ। ਮਾਰੂ ਰਾਗ ਦੀ ਬਾਣੀ 'ਚ ਮਾਰੂ ਮਹੱਲਾ ਪਹਿਲਾ ਅਰਬਦ ਨਰਬਦ ਤਨ ਦੂ ਕਾਲਾ ਧਰਨ ਨਾ ਗਗਨ ਹੁਕਮ ਪਸਾਰਾ ਨਾ ਦਿਨ ਰਹਿਣ ਚੰਦ ਨਾ ਸੂਰਜ ਸੁਣ ਸਮਾਦ ਲਗਾਏਗਾ ਖਾਣੀ ਨਾ ਬਾਣੀ ਪਾਉਣ ਨਾ ਪਾਣੀ ਗੁਪਤ ਖਪਤ ਨਹੀਂ ਆਵਣ ਜਾਣੀ ਖੰਡ ਪਤਾਲ ਸਪਤਨੀ ਸਾਗਰ ਕਦੀ ਨਾ ਨੀਰ ਬਹਾਏਗਾ ਨਾਤਕ ਸੁਰਗ ਮਸ਼ ਪਿਆਲਾ ਦੋਜਕ ਪਿਸ਼ਤ ਨਹੀਂ ਕਹਿ ਕਾਲਾ ਨਰਕ ਸੁਰਗ ਨਹੀਂ ਜੰਮਣ ਮਰਨਾ ਨਾ ਕੋ ਐ ਜਾਏਗਾ ਬ੍ਰਹਮਾ ਵਿਸ਼ਨੂੰ ਜਹੇਸ਼ ਨਾ ਕੋਈ ਉਦੋਂ ਬੋਲਦੇ ਸੀ ਗੁਰੂ ਤੇਗ ਸਾਹਿਬ ਬ੍ਰਹਮਾ ਵਿਸ਼ਨੂੰ ਜਹੇਸ਼ ਨਾ ਕੋਈ ਅਵਰਨਾ ਦਿਸੈ ਇੱਕੋ ਸੋਈ ਨਾਰ ਪੁਰਖ ਨਹੀਂ ਜਾਤ ਨਾ ਜਨਮਾ ਨਾ ਕੋ ਦੁੱਖ ਸੁੱਖ ਪਾਏਗਾ। ਗੁਰੂ ਤੇਗ ਸਾਹਿਬ ਜੀ ਲੋਕ ਕਿਉਂਕਿ ਗਵਾਹੀ ਹੁੰਦੀ ਹੈ ਬਾਣੀ ਅਜਰ ਅਮਰ ਪ੍ਰਕਾਸ਼ ਦਾ ਦੀਪ ਭਗਵਾਨ ਵਾਲਮੀਕ ਮਹਾਰਾਜ ਜੀ ਦੇ ਪ੍ਰਗਟ ਹੋਣ ਦਾ ਸਬੂਤ ਸੋ ਬਾਣੀ 1035 ਅੰਕ ਦੇ ਦਰਜ ਹੈ। ਗੁਰੂ ਤੇਗ ਸਾਹਿਬ ਜੀ ਉਦੋਂ ਕੁਝ ਨਹੀਂ ਸੀ ਨਾ ਦਿਨ ਸੀ ਨਾ ਰਾਤ ਸੀ ਨਾ ਜੰਮਣ ਸੀ ਨਾ ਮਰਨ ਸੀ ਨਾ ਨਰਕ ਸੀ ਨਾ ਸਵਰਗ ਸੀ ਕੁਝ ਨਹੀਂ ਸੀ ਕਿਉਂਕਿ ਸ੍ਰਿਸ਼ਟੀ ਦੀ ਰਚਨਾ ਅਜਰ ਅਮਰ ਪ੍ਰਕਾਸ਼ ਦਾ ਸੀ ਭਗਵਾਨ ਵਾਲਮੀਕ ਮਹਾਰਾਜ ਜੀ ਨੇ ਕੀਤੀ ਹੈ। ਉਦੋਂ ਬੰਦੂ ਕਾਰਾ ਸੀ ਕੁਝ ਨਹੀਂ ਸੀ ਧੰਦੂਕਾਰਾ ਸੀ ਆਓ ਕੀ ਲਿਖਿਆ ਮਹਾਂਪੁਰਸ਼ਾਂ ਦੀ ਕਲਮ ਨੇ ਬਾਬਾ
तत् बनाए सी प्रभ जी हर जी सृजनहारे कबीर पत्थर कर एक पुरख समाया उन दिया नाम लिखाई धर्म राय का तंत्र सोधिया बाकी रिजम लगाई संता तो मत कोई निंदो संत राम राय को कहे कबीर मैं सोसुर पाया जाका नाम कवे को कबीर साहब फरमा रहे हैं कि पत्थर पत्थर युगा का हवाला दिंदे हन ਇਹ ਸ਼ਕਤੀ ਦੇ ਪਾਤਰ ਜੋ ਜਿਹੜੇ ਗੁਰੂ ਸੰਗੀਤ ਕਰਦੇ ਕਿਉਂ ਜੋਗਾਂ ਦੀ ਗੱਲ ਕਰਦੇ ਹਾਂ ਸਤਿਗੁਰ ਦੇਵ ਨਾਲ ਦੁਆਬਰ ਦੇ ਗੱਲ ਜੋ ਭਾਈ ਗੁਰਬਾਣੀ ਵਿੱਚ ਹੋਰ ਕਹਿ ਰਹੀ ਹੈ ਸਤਿਗੁਰੂ ਦੇ ਸਾਥ ਸੰਗਤ ਜੀ ਹੋ ਸੰਤਾਂ ਕੋ ਮਤ ਕੋਈ ਮਿੱਤਰੋ ਸੰਤ ਰਾਮ ਦਾ ਏਕੋ ਕਹਿ ਕਬੀਰ ਮੈਂ ਸੋਗੁਰ ਪਾਇਆ ਜਾਗਾ ਨਾਮ ਕਵੇ ਕੋ ਬਗੇ ਕੋ ਕਹਿ ਕੇ ਬਤਾ ਰਿਹਾ ਉਹਨਾਂ ਨੇ ਅਜਰ ਅਮਰ ਦਾ ਕਾਲ ਦਾ ਸਿੰਘ ਗੁਰਬਾਰ ਬਾਬੀ ਮਹਾਰਾਜ ਜੀ ਬਦੇਖੀ ਦੇਖੋ ਇੱਕ ਦੁਨੀਆ ਦੀ ਤਾਕਤ ਹੈ ਬਦੇਖੀ ਤਾਕਤ ਭਾਈ ਜੋ ਮੋਇਆਂ 'ਤੇ ਜਾਨਾ ਪਾ ਦੇਵੇ ਉਹ ਹੁੰਦੀ ਬਵੇਕੀ ਤਾਕਤ ਇੱਕੋ ਇੱਕ ਤਾਕਤ ਹੈ ਸਦਾ ਅਮਰ ਰਹਿਣ ਵਾਲੀ ਅਜਰ ਅਮਰ ਦਾ ਕਾਲ ਦਾ ਸਿੰਘ ਭਗਵਾਨ ਬਾਬੀ ਮਹਾਰਾਜ ਜੀ ਉਹ ਜਨ ਦੇ ਵਿੱਚ ਸਭ ਦੇ ਵਿੱਚ ਨੇ ਤਿੰਨਾਂ ਲੋਕਾਂ ਦੇ ਮਾਲਕ ਸਗਲ ਸ੍ਰਿਸ਼ਟੀ ਦੇ ਪਾਲਕਾਂ ਅਜਰ ਅਮਰ ਦਾ ਕਾਲ ਦਾ ਸਿੰਘ ਭਗਵਾਨ ਬਾਬੀ ਮਹਾਰਾਜ ਜੀ ਸਤਿਗੁਰੂ ਦੇ ਸਾਥ ਸੰਗਤ ਜੀ ਹੋ ਇੱਕੋ ਇੱਕ ਤਾਕਤ ਹੈ ਜਿਹੜੀ ਮੋਇਆਂ 'ਤੇ ਜਾਨਾ ਪਾਉਂਦੀ ਹੈ ਆ ਗਿਆ ਗੁਰੂ ਜੀ ਦਾ ਸਤਿਗੁਰੂ
आ गया फिर दो बार का दो बार का दाते कसम ले घोड़े को फड़िया गुरु जी का साथ दियो फड़िया घोड़े को जे भोजन करके आए जा घोड़े को छड़ दो नहीं तो तुम साडा दुख करना होगा पर ताकत गुरु वाल्मीकि महाराज जी की है ताकत गुरु वाल्मीकि महाराज जी की है तो गुरु का ही साथ सत जी हो उन्हें दो सोच गिरा ने दो बालका ने की क्या फिर
ਅਸੀਂ ਧਰਮ ਵਿੱਚ ਪੱਕੇ ਨਹੀਂ ਹਾਂ ਭਾਈ ਜੇ ਧਰਮ ਵਿੱਚ ਪੱਕੇ ਹੋਈ ਹੈ ਅੱਜ ਤਾਂ ਹੁਣ ਫੌਜ ਵਾਰਾਂ ਲੱਗੀਆਂ ਅੱਜ ਤਾਂ ਰੋਜ਼ ਮੇਲਾ ਲੱਗਾ ਰਿਹਾ ਸਾਡੀ ਜਿੰਨੀ ਗਿਣਤੀ ਹੈ ਸਾਡੇ ਗੁਰਦੁਆਰੇ ਭਾਈ ਇੱਥੇ ਰੋਜ਼ ਮੇਲਾ ਲੱਗਾ ਰਿਹਾ ਕੋਈ ਆ ਗਿਆ ਕੋਈ ਚਲੇ ਗਿਆ ਕੋਈ ਆਵੇ ਕੋਈ ਚਲੇ ਜਾਵੇ ਭਾਈ ਇੱਥੇ ਰੋਜ਼ ਮੇਲਾ ਲੱਗਾ ਰਿਹਾ ਜੇ ਸਾਡਾ ਸਾਰਾ ਸਮਾਜ ਇਹਨਾਂ ਨੂੰ ਭੁੱਲ ਜਾਵੇ ਪਰ ਅਸੀਂ ਹੋਰਨਾਂ ਥਾਵਾਂ 'ਤੇ ਮੱਥੇ ਜ਼ਿਆਦਾ ਘਸਾਉਂਦੇ ਹਾਂ ਭਾਈ ਕੋਈ ਲੋੜ ਨਹੀਂ ਹੋਰ ਥਾਵਾਂ 'ਤੇ ਮੱਥੇ ਘਸਾਉਣ ਦੀ ਕਿਤੇ ਉਹ ਕੁਝ ਨਹੀਂ ਮਿਲਣਾ ਨਾ ਕਿਸੇ ਨੂੰ ਮਿਲਿਆ ਹੈ ਅਤੇ ਨਾ ਮਿਲਣਾ ਭਾਈ ਜਿਹਨੇ ਪਾਇਆ ਆਪਣੇ ਘਰੋਂ ਪਾਇਆ ਆਪਣੇ ਘਰੋਂ ਪਾਇਆ ਹੈ ਆਪਾਂ ਤਾਂ ਆ ਵੀ ਹਾਂ ਸੰਤ ਮਹਾਂ ਤੁਸੀਂ ਬੈਠੇ ਹਨ ਆਪਾਂ ਤਾਂ ਆ ਵੀ ਹਾਂ ਜੇ ਆਪਾਂ ਨੂੰ ਕਦੋਂ ਹਿੱਸਾ ਮਿਲਿਆ ਜੇ ਇੱਕ ਬਾਪ ਦੇ ਚਾਰ ਪੁੱਤਰ ਹਨ ਭਾਈ ਉਹਦੇ ਬਾਪ ਦਾ ਚਾਰ ਬਾਕੇ ਜਗ੍ਹਾ 'ਤੇ ਮਰਦਾ ਮਰਦਾ ਜਗ੍ਹਾ ਆਜੂਗੀ ਭਾਈ ਜੇ ਚਾਰ ਮਿਲਿਆ ਤਾਂ ਕਿੱਲਾ ਕਿੱਲਾ ਆਜੂਗਾ ਇਸ ਕਰਕੇ ਭਾਈ ਜੋ ਕੁਝ ਮਿਲਣਾ ਸਾਨੂੰ ਬਾਪ ਦੇ ਹਿੱਸੇ ਤੋਂ ਮਿਲਣਾ ਹੈ ਬਾਪ ਦੀ ਜਾਇਦਾਦ ਤੋਂ ਮਿਲਣਾ ਹੈ ਚਾਚੇ ਤਾਇਆਂ ਕੋਲੋਂ ਕੁਝ ਨਹੀਂ ਮਿਲਣਾ ਚਾਚਿਆਂ ਤਾਇਆਂ ਕੋਲੋਂ ਨਾ ਕੁਝ ਮਿਲਣਾ ਜੇ ਮਿਲਿਆ ਦੱਸੋ ਮੇਰੇ ਕੋਈ ਆਮ ਸਭ ਚਾਚੇ ਤਾਇਆਂ ਕੋਲੋਂ ਕੁਝ ਮਿਲਿਆ ਇਹਦਾ ਮਤਲਬ ਇਹ ਨਹੀਂ ਵੀ ਚਾਚੇ ਤਾਇਆਂ ਦਾ ਸਤਿਕਾਰ ਨਹੀਂ ਕਰਨਾ ਸਤਿਕਾਰ ਕਰਨਾ ਪਰ ਪਹਿਲਾਂ ਆਪਣੇ ਪਿਤਾ ਦਾ ਆਪਣੇ ਪਿਤਾ ਦਾ ਸਤਿਕਾਰ ਕਰਨਾ ਪਹਿਲਾਂ ਚਾਚੇ ਤਾਇਆਂ ਦਾ ਬਾਅਦ ਇਸ ਕਰਕੇ ਭਾਈ ਲੋੜ ਹੈ ਮਾਲਕ ਦੇ ਚਰਨਾਂ ਨਾਲ ਜੁੜਨ ਦੀ ਅਤੇ ਨਮਸਤਕ ਹੋਣ ਦੀ ਜਿਹੜਾ ਸੱਜੇ ਮਨ ਨਾਲ ਨਮਸਤਕ ਹੁੰਦਾ ਹੈ ਸ਼ਰਧਾ ਰੱਖ ਕੇ ਆਉਂਦਾ ਹੈ ਇਹ ਨਹੀਂ ਕਿ ਮੇਲਾ ਜੇ ਮੈਂ ਚੱਲੇ ਘੁੰਮ ਫਿਰ ਕੇ ਚੱਲ ਗਿਆ ਨਹੀਂ ਭਾਈ ਸ਼ਰਧਾ ਰੱਖ ਕੇ ਆਉਣੀ ਹੈ ਜੋ ਵੀ ਮਨ ਦੀ ਮਨੋਕਾਮਨਾ ਹੈ ਸਤਿਨਾਮ ਗੁਰਸਾਹਿਬ ਦੇ ਚਰਨਾਂ ਵਿੱਚ ਜਾ ਕੇ ਨਮਸਤਕ ਹੋਣਾ ਹੈ ਮਨ ਵਿੱਚ ਸ਼ਰਧਾ ਰੱਖਣੀ ਹੈ ਸ਼ਰਧਾ ਤੋਂ ਬਿਨਾਂ ਕੋਈ ਕਾਰਜ ਸਿੱਖ ਨਹੀਂ ਹੁੰਦਾ ਆਪਾਂ ਕਹਿੰਦੇ ਪਰਮਾਤਮਾ ਵੱਡਾ ਹੈ ਭਾਈ ਪਰਮਾਤਮਾ ਨਹੀਂ ਵੱਡਾ ਵਿਸ਼ਵਾਸ ਵੱਡਾ ਹੈ ਯਕੀਨ ਵੱਡਾ ਹੈ ਜਿਹਦਾ ਵਿਸ਼ਵਾਸ ਬਣ ਜਾਂਦਾ ਮਾਲਕ ਦੇ ਚਰਨਾਂ ਦਾ ਭਾਈ ਫਿਰ ਮਾਲਕ ਡੋਲਣ ਨਹੀਂ ਦਿੰਦਾ ਡੋਲਣ ਨਹੀਂ ਦਿੰਦਾ ਪਰ ਵਰਕ ਜ਼ਰੂਰ ਕਰਦਾ ਵਰਕ ਜ਼ਰੂਰ ਕਰਦਾ ਹੈ ਕਿ ਵਿਸ਼ਵਾਸ ਪੱਕਾ ਹੈ ਜਾਂ ਕੱਚਾ ਹੈ ਵਰਕ ਹੁੰਦੀ ਹੈ ਵਿਸ਼ਵਾਸ ਕੱਚਾ ਹੈ ਜਾਂ ਪੱਕਾ ਹੈ ਭਾਈ ਜਿਹੜੇ ਕੱਚੇ ਆ ਵੀ ਉਹ ਘੜ ਜਾਂਦੇ ਆ ਘੜ ਜਾਂਦੇ ਆ ਜਿਹੜੇ ਧਰਮ ਦੇ ਪੱਕੇ ਆ ਭਾਈ ਫਿਰ ਉਹ ਨਹੀਂ ਡੋਲਦੇ ਕਦੇ ਨਹੀਂ ਡੋਲਦੇ ਧਰਮਾਂ ਦੇ ਪੱਕੇ ਜਿਹੜੇ ਆਹ
ਕਦੇ ਵੀ ਸੇਮ ਨਹੀਂ ਹੋਣਾ, ਅਸੀਂ ਆਪਣੇ ਧਰਮ ਦੇ ਪੱਕੇ ਰਹਿਣਾ ਹੈ। ਮਾਲਕ ਨੇ ਕਿੰਨੀਆਂ ਮੌਜ ਵਾਸ ਪਾ ਦਿੱਤੀਆਂ, ਕਿੰਨਾ ਵਧੀਆ ਆਸ਼ਰਮ ਬਣ ਗਿਆ ਭਾਈ। ਆਪਾਂ ਹੋਰਨਾਂ ਥਾਵਾਂ 'ਤੇ ਬੜਾ ਕੰਮ ਕੰਮ ਕੇ ਦੇਖ ਲਿਆ, ਪਰ ਜੋ ਕੁਝ ਲਾਭ ਪ੍ਰਾਪਤ ਹੋਣਾ ਇੱਥੋਂ ਹੁੰਦਾ। ਸੰਤ ਮਹਾਂਪੁਰਸ਼ਾਂ ਨੂੰ ਨਾਮ ਦੀ ਰਾਤ ਲੈ ਕੇ ਤੁਹਾਡੀ ਰਾਤ ਨੂੰ ਕਰੋ ਭਜਨ ਸਿਮਰਨ ਕਰੋ।
ਗ੍ਰਸਤੀ ਹਾਂ ਗ੍ਰਸਤੀ ਨੂੰ ਮਹਾਰਾਜ ਨੇ ਵਡਿਆ ਗ੍ਰਸਤੀ ਹੈ ਕਿ ਗ੍ਰਸਤੀ ਹੋ ਕੇ ਹਰ ਵਜਿਆ ਹੈ ਉਹਦੀ ਮਹਿਮਾ ਲਿਖੀ ਨਾ ਜਾਵੇ ਭਾਈ ਜਿਹੜਾ ਗ੍ਰਸਤੀ ਹੋ ਗਿਆ ਹੈ ਆਪਣੇ ਬਾਪ ਬੱਚਿਆਂ ਦੀ ਪਾਪ ਪੁਰਕਾ ਕਰਦੇ ਆ ਮਾਰਗ ਦੇ ਚਰਨਾਂ ਨਾਲ ਜੁੜਦਾ ਹੈ ਉਹਦੀ ਮਹਿਮਾ ਬੰਦੇ ਗਿਣੀ ਜਾਂਦੀ ਹੈ ਨਾਮ ਸੰਬੰਧੀ ਰਾਮ ਦਾ ਸਤਨਾਮ ਬੋਚਾ ਕੋਲੋਂ ਉੱਤੇ ਰਾਮ ਦਾ ਇਤਿਹਾਸ ਨਾਲ ਜੁੜੀ ਹੈ ਇਸ ਗੁਜਰੀ ਸੀ ਉਦੋਂ ਗੁਰੂ ਗ੍ਰੰਥ ਸਾਹਿਬ ਅਨੰਦ ਕਪਾਪ ਸੀ ਇਸ ਕਰਕੇ ਜਿਹੜੀ ਕਿਹਾ ਮਹਾਂਪੁਰਖਾਂ ਨੇ ਸਾਰੇ
कह रही है कि माता पिता के समा समय ना बच्चा नहीं हो सकता, शिकायत कह रही है क्योंकि बहुत साढ़े साढ़े भी कई अंदर के भगवान वापसी बारे से जन्म मिल जाते गलत गल है। साइंस कह रही है कि माता पिता के संबंध बिना बच्चा नहीं हो सकता, पर गुरबाणी कुछ होर कह रही है, मारू राग की बाणी कह रही है, मारू राग कह रहे हैं। साइंस हूँ कह रही है लख आकाशा लख बताल, तो गुरु भाई साहब जी गुरबाणी का मेरा दस कि लखा ही आकाशा से लखा ही बताल। फिर साइंस कह रही कि माता पिता के संबंध बिना बच्चा नहीं हो सकता, तो गुरु भाई साहब साहब जी जाकर गुरबाणी बनती है, गुरबाणी भी कह रही है, गुरबाणी सच है। साइंस हम कहती है गुरबाणी सच है। सुन मंडल एक योगी वैसा है, सुन मंडल एक योगी वैसा है, ना का पुरख कहो मैं कैसा है। भाई ना कोई ना रहा, ना कोई पुरख रहा, एक तो हो गया वही सुबह अजर अमर रहकार दर्शन हुआ राम महाराज। सुन मंडल एक जोगी वैसा, नाम ना पुरख कहो मैं कैसा है, धरण पवन जोत रहे जब लाई, सुर नर नाथ सच्चे शरणाई। साहिब श्री गुरु ग्रंथ साहिब जी अंग 950 दस दिया, तो गुरु भाई साहब साहब जी हो। सुन मंडल में करता काश उमा सूरज नहीं चंद, आद नरंजन करेगा नंद, सो ब्रह्मांड सो पिंड सो जान, मान सरोवर करे स्नान, ओहन सोहन जाको है जाता। भाई मेरा जान सी उन्होंने ओहन सोहन का, तो गुरु भाई साहब साहब जी हो। फिर कंधो करे सोन के बिचों सोहन का आवाज आया है, ਕਿਹੜੀਆਂ ਬੱਚਾ ਹੁੰਦੀਆਂ ਹੋ ਜੀ ਤੰਦਨ ਕਾਲੇ ਫੁੱਲ ਦੇ ਵਿੱਚੋਂ ਅੱਗ ਕਾਇਆ ਜਾਇਆ ਦੇ ਜੀ ਤੰਦਨ ਕਾਲੇ ਫੁੱਲ ਦੇ ਵਿੱਚੋਂ ਸੰਗਤ
ਲੋੜ ਹੈ ਮਾਰਗ ਦੇ ਚਰਨਾਂ ਦਾ ਜਿਹੜਾ ਆਪਾਂ ਕਹਿੰਦੇ ਪਰਮਾਤਮਾ ਵੱਡਾ ਹੈ ਪਰਮਾਤਮਾ ਵੱਡਾ ਹੈ ਗੁਰਬਾਣੀ ਕਹਿੰਦੀ ਹੈ ਕਿ ਭਗਤ ਵੱਡੇ ਆ ਭਗਤ ਵੱਡੇ ਆ ਗੁਰਬਾਣੀ ਪਰਮਾਉਂਦੀ ਮੇਰੀ ਬਾਣੀ ਭਗਤ ਛਡਾਇਆ ਹੈ ਬਾਂਦੇ ਭਗਤ ਹੋਏ ਜੁੜਦੇ ਜਾਣੇ ਕਿ ਜਦੋਂ ਮੈਂ ਕੋਈ ਵਚਨ ਕਰ ਦਿੰਦਾ ਹਾਂ ਤੇ ਭਗਤ ਅਰਦਾਸ ਬੇਨਤੀਆਂ ਕਰਕੇ ਮੇਰੇ ਤੋਂ ਛੁੱਟ ਜਾਂਦੇ ਹਨ ਪਰ ਜਦੋਂ ਮੈਂ ਇਹਨਾਂ ਦੇ ਵਸ ਵਿੱਚ ਆ ਜਾਂਦਾ ਹਾਂ ਇਹਨਾਂ ਸੰਤ ਮਹਾਂਪੁਰਸ਼ਾਂ ਦੇ ਪਰ ਫਿਰ ਮੈਂ ਨਹੀਂ ਛੁੱਟ ਸਕਦਾ ਮੈਂ ਨਹੀਂ ਛੁੱਟਦਾ ਗੁਰੂ ਭਾਈ ਸਾਹਿਬ ਸਿੰਘ ਜੀ ਹੋ ਜਦੋਂ ਮੈਂ ਕੋਈ ਵਚਨ ਕਰ ਦਿੰਦਾ ਹਾਂ ਭਗਤ ਅਰਦਾਸ ਬੇਨਤੀਆਂ ਕਰਕੇ ਮੇਰੇ ਤੋਂ ਛੁੱਟ ਜਾਂਦੇ ਹਨ ਬਖਸ਼ਾ ਲੈਂਦੇ ਹਨ ਪਰ ਜਦੋਂ ਮੈਂ ਜਦੋਂ ਭਗਤ ਮੈਨੂੰ ਵਸ ਵਿੱਚ ਕਰ ਲੈਂਦੇ ਹਨ ਫਿਰ ਮੈਂ ਨਹੀਂ ਛੁੱਟਦਾ ਕਿਉਂਕਿ ਨਾ ਉਹ ਮੈਂ ਨਵਾਰਿਓ ਦੇ ਵਸ ਆਉਂਦਾ ਹੈ ਨਾ ਜਮੀਨ ਜਾਂ ਦਾਦਾ ਦੇ ਵਸ ਆਉਂਦਾ ਹੈ ਨਾ ਉਹ ਕੋਠੀਆਂ ਕਾਰਾਂ ਦੇ ਵਸ ਆਉਂਦਾ ਹੈ ਭਾਈ ਕਾਹਦੇ ਵਸ ਆਉਂਦਾ ਹੈ ਭਾਈ ਉਹਦਾ ਪ੍ਰੇਮ ਦੇ ਵਸ ਆਉਂਦਾ ਹੈ ਜਿਹਨੇ ਉਹਦੀ ਸੰਗਤ ਨਾਲ ਪ੍ਰੇਮ ਕਰ ਲਿਆ ਉਹਦੀ ਬਾਣੀ ਨਾਲ ਪ੍ਰੇਮ ਕਰ ਲਿਆ ਜਿਹਨੇ ਪ੍ਰੇਮ ਕੀ ਹੋਈ ਵੀ ਪ੍ਰਾਪਤ ਆਇਓ ਭਾਈ ਜਿਹਨੇ ਪ੍ਰੇਮ ਕਰ ਲਿਆ ਉਹਦੀ ਬਾਣੀ ਨਾਲ ਉਹਦੀ ਸੰਗਤ ਨਾਲ ਪ੍ਰੇਮ ਕਰ ਲਿਆ ਉਹਦੇ ਵਸ ਆਉਂਦਾ ਹੈ ਗੁਰੂ ਦੀ ਬਾਣੀ ਨਾਲ ਪਿਆਰ ਆ ਪਿੰਡ ਦੇ ਚਰਨਾਂ ਦਾ ਪਿਆਰ ਆ ਸੰਤ ਮਹਾਂਪੁਰਸ਼ਾਂ ਦੇ ਚਰਨਾਂ ਦਾ ਪਿਆਰ ਆ ਭਾਈ ਤਾਂ ਹੀ ਬੈਠੇ ਆ ਇਸ ਕਰਕੇ ਭਾਈ ਏਦਾਂ ਹੀ ਸ਼ਬਦਾਂ ਬਣਾਉਣੀ ਹੋਵੇ ਸ਼ਬਦਾਂ ਬਣਾ ਕੇ ਕੋਈ ਵੀ ਕਾਰੀਆਂ ਕਰਨਾ ਸੰਤ ਮਹਾਂਪੁਰਸ਼ਾਂ ਦੇ ਚਰਨਾਂ ਦਾ ਧਿਆਨ ਕਰਕੇ ਸਮਾਜ ਦੇ ਚਰਨਾਂ ਦਾ ਧਿਆਨ ਕਰਦੇ ਆ ਕਿਉਂਕਿ ਭਾਈ ਜਿਹੜਾ ਗੁਰੂ ਨੂੰ ਮੁੱਖ ਰੱਖਦਾ ਗੁਰੂ ਨੂੰ ਮੁੱਖ ਰੱਖਦਾ ਕਬੀਰ ਗੁਰ ਕੋ ਸਿਰ ਪਰ ਰਾਖੀ ਹੈ ਚੱਲੀਏ ਆਗਿਆ ਮਾਂ ਹੈ ਕਬੀਰ ਸਾਹਿਬ ਬਣਾਉਂਦੇ ਹਨ ਕਬੀਰ ਗੁਰ ਕੋ ਸਿਰ ਪਰ ਰਾਖੀ ਹੈ ਚੱਲੀਏ ਆਗਿਆ ਮਾਂ ਹੈ ਕਹਿ ਕਬੀਰ ਦੀ ਸਦਾਸ ਕੋ ਤੀਰ ਰੂਪ ਜਾਣ ਵਾਲਾ ਭਾਈ ਜਿਹੜਾ ਗੁਰੂ ਦੀ ਆਗਿਆ ਵਿੱਚ ਚੱਲਦਾ ਉਹਨੂੰ ਤਿੰਨਾਂ ਲੋਕਾਂ ਦਾ ਭੈ ਤਿੰਨਾਂ ਲੋਕਾਂ ਦਾ ਡਰ ਖਤਮ ਹੋ ਜਾਂਦਾ ਉਹਦਾ ਜਿਹੜਾ ਡਰ ਰੱਖਦਾ ਉਸ ਮਾਲਕ ਦਾ ਆਪਣੇ ਕਸਮ ਦਾ ਡਰ ਰੱਖਦਾ ਭਾਈ ਤਿੰਨਾਂ ਮੁਲਕਾਂ ਦਾ ਤਿੰਨਾਂ ਲੋਕਾਂ ਦਾ ਭੈ ਖਤਮ ਹੋ ਜਾਂਦਾ ਗੁਰੂ ਦੀ ਆਗਿਆ ਵਿੱਚ ਚੱਲਦਾ ਤੇ ਗੁਰੂ ਦੇ ਸਾਹਿਬ ਸਿੰਘ ਜੀ ਹੋ ਸੱਤ ਮਹਾਂਪੁਰਸ਼ਾਂ ਦੀ ਡਿਊਟੀ ਲਾਈ ਹੈ ਪਰਮਾਤਮਾ ਨੇ ਨਾਮ ਜਪਾਉਣ ਦੀ ਨਾਮ ਨਾਲ ਜੁੜਨ ਦੀ ਤਾਂ ਗੁਰੂ ਦੇ ਸਾਹਿਬ ਸਿੰਘ ਆਪਣੇ ਨੂੰ ਮੁਰੀਦ ਬਿਠਾ ਰਹੇ ਹਨ ਦੇਖੋ ਕਿੰਨਾ ਸਮਾਂ ਹੋ ਗਿਆ ਬੈਠਿਆ ਗਿਆ ਕਿਰਪਾ ਮਾਲਕ ਦੀ ਹੈ ਅਜਰ ਅਮਰ ਅਕਾਲ ਤਖਤ ਸ੍ਰੀ ਭਗਵਾਨ ਬਾਲੀ ਮਹਾਰਾਜ ਜੀ ਦੀ ਆਇਆ ਪਰਮਾਤਮਾ ਨੂੰ ਆਪਣੇ ਗੁਰੂ ਨੂੰ ਸਾਜਿਆ ਆਓ
ਜਦੋਂ ਮੇਰੇ ਕਿੰਨਾ ਮੌਕਾ ਨਹੀਂ ਸਾਡਾ ਆ ਕੇ ਦੇਖਾ ਕਿਸੇ ਦੋ
ਕੁਰਬਾਨ ਕਰ ਲਿਆ। ਸ੍ਰੀ ਰਾਮ ਚੰਦਰ ਜੀ ਅਯੁੱਧਿਆ ਦੀ ਫੌਜ, ਸ੍ਰੀ ਗੰਢੀ ਲੰਕਾ ਦੀ ਫੌਜ, ਬਾਲੀ ਦੀ ਵਿਸ਼ਕਰਤਾ ਦੀ ਫੌਜ, ਦੋ ਬਾਲਕਾਂ ਨੇ ਢਾਹ ਢੇਰੀ ਕਰ ਦਿੱਤੇ। ਜੋ ਗੁਰੂ ਤੇਗ ਬਹਾਦਰ ਜੀ ਇੱਕ ਕਿਉਂਕਿ ਪਰਮਾਤਮਾ ਨੂੰ ਹੰਕਾਰ ਨਹੀਂ ਹੁੰਦਾ, ਇੱਕ ਸ਼ੁਕਰੀ ਜੀ ਦਾ ਸਿਰ ਕੱਟਿਆ, ਉਹਨੂੰ ਕਿੰਨਾ ਫਿਰ ਕਾਮਯਾਬਾ ਭਰਨਾ ਪੈ ਗਿਆ। ਗੁਰੂ ਤੇਗ ਬਹਾਦਰ ਜੀ ਉਹ ਸਾਰਾ ਅਯੁੱਧਿਆ ਵਾਸੀ ਸਾਰੇ ਅਯੁੱਧਿਆ ਪ੍ਰਤੀ ਜਿਹੜੀ ਫੌਜ ਸੀ, ਰਾਮ ਚੰਦਰ ਲਕਸ਼ਮਣ ਸ਼ਤਰੂਗਨ ਭਰਤ ਸਾਰੇ, ਦੋ ਬਾਲਕਾਂ ਨੇ ਢਾਹ ਢੇਰੀ ਕਰ ਦਿੱਤਾ। ਬਾਲੀ ਜੀ ਵਿਸ਼ਕਰਤਾ ਦੀ ਫੌਜ, ਭਵੀ ਖੰਡੀ ਲੰਕਾ ਦੀ ਫੌਜ, ਦੋ ਬਾਲਕਾਂ ਭਾਈ ਤਾਕਤ ਗੁਰੂ ਆਦਿਸ਼ ਮਹਾਰਾਜ ਜੀ ਤੋਂ ਮਰਤ ਤੋਂ ਅੰਮ੍ਰਿਤ ਬਣਿਆ, ਗੁਰਬਾਨੀ ਕੀਤੇ ਅੰਮ੍ਰਿਤ ਤੋਂ
Shut up,
ਸ਼ਬਦਾਂ ਵਿੱਚ ਕਹਿਣ ਲਈ ਤਿਆਰ ਨਹੀਂ ਹੁੰਦਾ, ਜਿਹਦੇ ਰਬਦਾਂ ਵਿੱਚ ਕਹਿਣ ਨੂੰ ਤਿਆਰ ਨਹੀਂ ਹੁੰਦਾ ਕਿ ਕਿਰਪਾ ਭਗਵਾਨ ਵਾਲਮੀਕ ਮਹਾਰਾਜ ਜੀ ਦੀ ਹੈ। ਹੁਣ ਥੋੜ੍ਹੇ ਥੋੜ੍ਹੇ